اسلام علیکم دوستو کیسے ہیں دوستو امید کرتا ہوں کہ میرے تمام دوست خیریت سے ہوں گے دوستو میں تھوڑے بھائی اجمل شاہ تو ویس رہے اجمل ٹی وی حاصل پور تو جناب آج بھائیاں سے ماشاءاللہ بڑی زبردست ویڈیو لے کے آیا ماشاء ماشاءاللہ بڑی زبردست جناب بکریاں دکھاؤں اور اچھی اچھی انشاءاللہ ان شاء اللہ ہیں تو سب تو پہلے گزارش ہے کہ جنہ دوست ہالے تھی سارے چینل اجمل ٹی وی حاصل پور سبسکرائب نہیں کرتا سبسکرائب کر گھنٹی بھی دباؤ تا تاکہ ہر اس طرح کی نوی ویڈیو تک آسانی پہنچ رہے انشاءاللہ شاء اللہ اچھی تو اچھی معلومات ملتی رہے ਜਨਾਬ ਕਾਫੀ ਬਾਈਆਂ ਫਰਮਾਇਸ਼ ਕੀਤਾ ਹੈ ਕਿ ਅਜਮਲ ਬਾਈ ਸਾਨੂੰ ਇਹ ਬੱਕਰੀਆਂ ਚੈੱਕ ਕਰਾਈ ਜਾਂ ਦੁਬਾਰਾ ਚੈੱਕ ਕਰਾਓ ਤੇ ਮੈਂ ਤੁਹਾਨੂੰ ਦੁਬਾਰਾ ਵੀਡੀਓ ਲੈ ਕੇ ਆਇਆ ਬਾਈਆਂ ਆਸੇ ਮਾਸ਼ਾਅੱਲਾ ਬੜੀਆਂ ਜ਼ਬਰਦਸਤ ਜਨਾਬ ਬੱਕਰੀਆਂ ਏ ਪਲੱਸ ਕੁਆਲਿਟੀ ਦੀਆਂ ਕਮ ਸੇ ਕਮ ਮਾਸ਼ਾਅੱਲਾ 2 ਤੋਂ 250 ਜਨਾਬ ਬੱਕਰੀ ਉਹਨਾਂ ਕੋਲ ਮੌਜੂਦ ਹੈ ਤੇ ਬੜੀਆਂ ਹੀ ਮਾਸ਼ਾਅੱਲਾ ਜ਼ਬਰਦਸਤ ਬੱਕਰੀਆਂ ਹਰ ਬੱਕਰੀ ਮਾਸ਼ਾਅੱਲਾ ਇੱਕ ਬੱਕਰੀ ਦੂਈ ਬੱਕਰੀ ਤੋਂ ਵਾਲਾ ਹੈ ਤੇ ਮਾਸ਼ਾਅੱਲਾ ਮਾਸ਼ਾਅੱਲਾ ਹਿੱਕੇ ਕਾਦੇ ਚ ਹਿੱਕੇ ਯਾਨੀ ਕਿ ਕਲਰ ਚ ਇਸ ਤਰ੍ਹਾਂ ਦੀਆਂ ਬੱਕਰੀਆਂ ਬੜੀਆਂ ਘਾਟ ਵੇਖਣ ਨੂੰ ਮਿਲਦੀਆਂ ਨੇ ਤੇ ਜਨਾਬ ਮਾਸ਼ਾਅੱਲਾ ਟਾਪ ਕੁਆਲਿਟੀ ਦੇ ਨਾਲ ਕਾਫੀ ਬਾਇਆ ਫਰਮਾਇਸ਼ ਵੀ ਕੀਤੀ ਹੈ ਕਜਮਲ ਭਾਈ ਸਾਨੂੰ ਇਹਨਾਂ ਬੱਕਰੀਆਂ ਕੋਈ ਨਾ ਕੋਈ ਜਾਨਵਰ ਸਾਨੂੰ ਯਾਨੀ ਕਿ ਮਾਦੀਆਂ ਖਰੀਦ ਕੇ ਦਿਓ ਤੇ ਜਨਾਬ ਸਾਡੀ ਉਹਨਾਂ ਨਾਲ ਗੱਲ ਹੋਈ ਹੈ ਲੇਕਿਨ ਉਹਨਾਂ ਬਾਇਆ ਆਕਾ ਜੀ ਜਨਾਬ ਅਸੀਂ ਮਾਦੀ ਸੇਲ ਵੀ ਨਹੀਂ ਕਰਦੇ ਅਸੀਂ ਨਾਰ ਸੇਲ ਕਰ ਰਹੇ ਆ ਤੇ ਉਸ ਤੋਂ ਇਲਾਵਾ ਅਸੀਂ ਮਾਦੀ ਦੀ ਯਾਨੀ ਅੱਗੇ ਆਦੀ نسل ਤਿਆਰ ਕਰ ਰਹੇ ਆ ਤੇ ਇਹ ਮਾਸ਼ਾਅੱਲਾ ਜਨਾਬ ਬੱਕਰੀਆਂ ਚੈੱਕ ਕਰੋ ਇਸ ਤਰ੍ਹਾਂ ਦੀਆਂ ਬੱਕਰੀਆਂ ਮੰਡੀ ਤੋਂ ਵੀ ਜਾਨਵਰ ਮਿਲ ਜਾਂਦੇ ਹਨ ਲੇਕਿਨ ਜ਼ਿਆਦਾ ਰੇਟ ਹੀ ਮਿਲ ਜਾਂਦੇ ਉਹ ਵੀ ਤੁਹਾਨੂੰ ਇਨਸ਼ਾਅੱਲਾ ਐਂਡ ਤੇ ਮੈਂ ਮਲੂਮਾਤ ਦੇ ਸਾਂ ਮੰਡੀ ਦੀ ਵੀ ਥੋੜੀ ਜਾਈ ਤੇ ਇਹ ਬੱਕਰੀਆਂ ਜਨਾਬ ਮੈਂ ਅਸ਼ਲਾ ਪਹਿਲੇ ਚੈੱਕ ਕਰੋ ਇਹ ਪਲੱਸ ਕੁਆਲਿਟੀ ਫੋਲ ਸੇ ਅਜੇ ਬੱਕਰੀਆਂ ਮਾਸ਼ਾਅੱਲਾ ਕਾਦਵੀ ਮਾਸ਼ਾਅੱਲਾ ਪੂਰੇ ਔਰ ਮਾਸ਼ਾਅੱਲਾ ਬੜੇ ਜ਼ਬਰਦਸਤ ਕਲਰ ਰਏ ਚ ਮਾਸ਼ਾਅੱਲਾ ਇਹ ਸਾਡੇ ਇਲਾਕੇ ਸਭ ਤੋਂ ਜ਼ਿਆਦਾ ਪਸੰਦ ਹੋਈ ਜਾਂਦੇ ਨੇ ਜਨਾਬ ਚਿੱਟੀਆਂ ਜੀਨੀਆ ਇਹਨੂੰ ਸਿਆਸਾ ਕਹਿੰਦੇ ਮੱਖੀ ਜੀਨੀ ਯਾਨੀ ਕਿ ਖੱਟੇ ਕਲਾਰੇ ਚ ਇਹ ਮਾਸ਼ਾਅੱਲਾ ਕਾਲੀ ਜੀਨੀ ਇੱਕ ਵਧੀਆ ਇਹ ਵੀ ਮਾਸ਼ਾਅੱਲਾ ਬੜੀ ਟਾਪ ਦੀ ਬੱਕਰੀ ਹੈ ਇਹ ਪੱਠਾ ਵੀ ਵੇਖੋ ਮਾਸ਼ਾਅੱਲਾ ਨਾਲ ਇਹ ਟੇਢੀ ਬੱਕਰਾ ਵੀ ਨਾਲ ਵਦਾ ਉਹਨਾਂ ਮਾਲਕਾਂ ਦਾ ਯਾਨੀ ਕਿ ਖਾਉਣ ਦੇ ਸ਼ੌਂਕ ਵਿੱਚ ਔਰ ਮਾਸ਼ਾਅੱਲਾ ਪੱਠਾ ਵੀ ਵਧੀਆ ਛੋਟੇ ਛੋਟੇ ਬੜਾ ਜ਼ਬਰਦਸਤ یہ دیکھو ماشاء اللہ بڑی نکلے نکلے نال پٹھا بھی تیار ہو رہے ہیں لیکن انہیں بکرا بالکل نہیں لبھنا جان کے ساری مادی ہی ہیں پہ ٹوٹل جی دو سو بکری ہیں ٹوٹل ایئرنگ ماہ دی ہے پی دو بیج بریڈر رکھے ہو باقی سارے ماشاء مادی ہی ہیں اگر جناب اس طرح جانور تسی خریدنا چاہتے ہیں تو جناب منڈی تے آؤ اس طرح پتھا تو مل جانتے ہیں منڈی تے ਮੇਰੀ ਕਾਫੀ ਬਾਈਆਂ ਦੇ ਇਹ ਅੱਗੇ ਵੀ ਕਹਿਣਾ ਕਿ ਤੁਸੀਂ ਇਹਨਾਂ ਬੇ ਇਸ ਤਰ੍ਹਾਂ ਦਾ ਸ਼ੌਂਕ ਪੂਰਾ ਕਰਨਾ ਚਾਹੁੰਦੇ ਨੇ ਕਿਉਂਕਿ ਹਰ ਬਾਈ ਦਾ ਸ਼ੌਂਕ ਹੁੰਦਾ ਕਿ ਐਸਾ ਚੰਗੇ ਜਾਨਵਰ ਪਾ ਲਈਏ ਇਸ ਤਰ੍ਹਾਂ ਦਾ ਸ਼ੌਂਕ ਪੂਰਾ ਕਰਨਾ ਚਾਹੁੰਦੇ ਨੇ ਮੰਡੀ ਆਓ ਮੰਡੀ ਦੇ ਵਿੱਚ ਇਸ ਤਰ੍ਹਾਂ ਦੇ ਪੱਠਾ ਲਵੋ ਮਾਸ਼ਾਅੱਲਾ ਮੱਖੀ ਚੀਨੀਆਂ ਪੱਠਾ 9-10 ਮਹੀਨਾ ਜਿਹੜਾ ਪੱਠਾ ਤੁਹਾਨੂੰ ਮਿਲ ਜਾਸੇ ਤਕਰੀਬਨ 15 ਤੋਂ 20 ਹਜ਼ਾਰ ਦੇ ਜਨਾਬ ਚੰਗਾ ਜੰਗੀ ਪਾਟ ਲੱਭ ਜਾਂਦੇ 10 ਮਹੀਨਾ ਦੀ 11 ਮਹੀਨਾ ਦੀ ਉਸ ਇਲਾਵਾ ਜਨਾਬ ਬੱਕਰੀਆਂ ਮੰਡੀ ਦੇ ਵੀ ਮੌਜੂਦ ਨੇ ਇਹ ਜਨਾਬ ਵੇਖੋ ਮਾਸ਼ਾ ਅੱਲਾਹ ਮੰਦਰਸਾ ਮੰਡੀ ਦੇ ਬੱਕਰੀਆਂ ਤੋਂ ਵਿਖਾਰੀਆਂ ਕਿ ਫੁੱਲ ਸਾਈਜ਼ ਦੀਆਂ ਬੱਕਰੀਆਂ ਮੰਦਰਸਾ ਮੰਡੀ ਵੀ ਮੌਜੂਦ ਹੁੰਦੀਆਂ ਨੇ ਲੇਕਿਨ ਉਹ ਚੀਜ਼ਾਂ ਨਹੀਂ ਮਿਲਦੀਆਂ ਜਿਹਦੋਂ ਜੋ ਯਾਨੀ ਕਿ ਬੰਦੇ ਦਾ ਸ਼ੌਂਕ ਹੁੰਦਾ ਅਸੀਂ ਇੱਚੀ ਕੁਆਲਟੀ ਦੇ ਜਾਨਵਰ ਪਾ ਲਈਏ ਕਿਉਂਕਿ ਇੱਥੇ ਬੱਕਰੀ ਜਿਹੜੀ ਵੀ ਆਉਂਦੀ ਹੈ ਬੁੱਢੀ ਬੱਕਰੀ ਆਉਂਦੀ ਹੈ ਯਾਨੀ ਕਿ ਯਾਨੀ ਕਿ 800 900 ਦਿੱਤੀ ਹੋਏ ਹੁੰਦੇ ਨੇ ਉਸ ਤਰ੍ਹਾਂ ਦੀ ਬੱਕਰੀ ਆਉਂਦੀ ਹੈ ਤੇ ਲੇਕਿਨ ਕਾ ਪਸੰਦਮ ਦੇਣ ਤੇ ਲੇਕਿਨ ਮੈਂ ਤੁਹਾਨੂੰ ਇੱਕ ਹੀ مشਵਰਾ ਦੇਸਾ ਅਗਰ ਤੁਸੀਂ ਇਸ ਤਰ੍ਹਾਂ ਸ਼ੌਕ ਪੂਰਾ ਕਰਨਾ ਚਾਹੁੰਦੇ ਨੇ ਤੁਹਾਡੇ ਦੇਲੇ ਕਿ ਐਸੀ ਯਾਨੀ ਕਿ ਆਧਾ ਫਾਰਮਿੰਗ ਕਰੀਏ ਆਧੇ نسل ਇੱਕ ਬੱਕਰੀ ਦੀ ਤਿਆਰ ਕਰੀਏ ਤੇ ਜਨਾਬ ਤੁਸੀਂ 9 ਤੋਂ 10 ਮਹੀਨਾ ਦੇ 11 ਮਹੀਨਾ ਦੇ 12 ਮਹੀਨਾ ਦੇ ਪਾਠ ਲੈ ਲਓ ਮਾਦੀ ਤੇ ਉਹਨਾਂ ਦੇ ਅੱਗੇ ਜਾ ਕੇ ਤੁਸੀਂ ਫਾਰਮਿੰਗ ਕਰੋ ਅਗਰ ਤੁਸੀਂ ਆਉਣਾ ਚਾਹੁੰਦੇ ਨੇ ਮਦਰਸਾ ਮੰਡੀ ਮਦਰਸਾ ਮੰਡੀ ਹਫਤੇਵਾਲ ਦੇ ਲੱਗਦੀ ਹੈ ਤੇ ਬਹੁਤ ਮੰਡੀ ਲੱਗਦੀ ਜਨਾਬ ਲੁੱਡਣ ਉੱਥੇ ਵੀ ਮੱਖੀ ਚੀਨੀ ਪੱਠਾ ਮਾਸ਼ਾਅੱਲਾ ਅੱਛੀ ਨਸਲੇ ਮਿਲ ਜਾਂਦੀਆਂ ਔਰ ਮਦਰਸਾ ਮੰਡੀ ਵੀ ਮਾਸ਼ਾਅੱਲਾ ਅੱਛੀ ਨਸਲੇ ਮਿਲ ਜਾਂਦੀਆਂ ਅਗਰ ਤੁਸੀਂ ਸ਼ੌਂਕ ਪੂਰਾ ਕਰਨਾ ਹੈ ਫਾਰਮਿੰਗ ਕਰਨਾ ਚਾਹਦੇ ਹੋ ਖੁਦ ਮੰਡੀ ਆਓ ਖੁਦ ਮੰਡੀ ਵਿਜ਼ਿਟ ਕਰੋ ਤੇ ਜਨਾਬ ਇਸ ਤਰ੍ਹਾਂ ਦੀਆਂ ਬੱਕਰੀਆਂ ਮਾਸ਼ਾਅੱਲਾ ਖਰੀਦ ਦਿਓ ਤੇ ਮੈਂ ਫੇਰ ਵੀ ਗੁਜ਼ਾਰਿਸ਼ ਕਰਨਾ ਕਿ ਵੀਡੀਓ ਲਾਈਕ ਕਰੋ ਚੈਨਲ ਸਬਸਕ੍ਰਾਈਬ ਕਰੋ ਤੇ ਨਾਲ ਗੰਡੀ ਦਾ ਬਟਨ ਦਬਾ ਦਿਓ ਤਾਂ ਕਿ ਮੇਰੀ ਚੰਗੀ ਤੋਂ ਚੰਗੀ ਵੀਡੀਓ ਤੁਹਾਨੂੰ ਤੱਕ ਪਹੁੰਚ ਰਵੇ ਤੇ ਮੇਰੀ ਕੋਸ਼ਿਸ਼ ਹੁੰਦੀ ਹੈ ਕਿ ਮੈਂ ਵੀਰਾਂ ਨੂੰ ਅੱਛੀ ਮਲੂਮਾਤ ਅੱਛੇ ਜਾਨਵਰ ਚੈੱਕ ਕਰਾਵਾਂ ਔਰ ਤੁਹਾਨੂੰ ਪਸੰਦ ਜਾਨਵਰ ਹੀ ਪਸੰਦ ਆਵਣ ਉਹਨਾਂ ਦੇ ਰੇਟ ਵੀ ਪੁੱਛ ਕੇ ਦੱਸਨੇ ਆ ਲੈ ਕੇ ਰੇਟ ਤਾਂ ਮੰਡੀ ਤੇ ਬਿਲਕੁਲ ਜ਼ਿਆਦਾ ਹੁੰਦੇ ਨੇ ਕਿਉਂਕਿ ਕਾਫੀ ਬਾਈ ਆ ਸ਼ਿਕਾਇਤ ਕਰਦੇ ਆ ਜਮਲ ਬਾਈ ਰੇਟ ਜ਼ਿਆਦਾ ਹੁੰਦੇ ਲੇਕਿਨ ਇਹ ਸਾਡੀ ਮਜਬੂਰੀ ਹੁੰਦੀ ਸਾਡੇ ਵਾਸਤੇ ਨਹੀਂ ਹੁੰਦੀ ਸਾਡਾ ਕੰਮ ਮੇਰਾ ਕੰਮ ਹੈ ਤੁਹਾਨੂੰ ਚੰਗੇ ਤੋਂ ਚੰਗੇ ਜਾਨਵਰ ਚੈੱਕ ਕਰਾਉਣੇ ਅਗਰ ਤੁਹਾਨੂੰ ਰੇਟ ਪਸੰਦ ਆਵੇ ਨਾ ਆਵੇ ਉਹ ਮਾਲਕਾਂ ਦੀ ਮਰਜ਼ੀ ਮਰਜ਼ੀ ਤੇ ਵੀਡੀਓ ਪਸੰਦ ਆਵੇ ਲਾਈਕ ਕਰੇ ਸ਼ੇਅਰ ਕਰੇ ਔਰ ਕਮੈਂਟਸ ਕਰਕੇ ਦੱਸਣਾ ਕਿ ਜਨਾਬ ਅੱਜ ਦੀ ਵੀਡੀਓ ਕਿਸ ਤਰ੍ਹਾਂ ਲੱਗੀ ਸ਼ੁਕਰੀਆ